ਹੋ ਦੱਸ ਕਿਹੜਾ ਕਿਸੇ ਨਾਲੋਂ ਘੱਟ ਕੋਈ ਕਹਾਉਂਦਾ ਏ, ਆਪਣੀ ਤਬਾਹਿਆ ਕੇ ਹਰ ਕੋਈ ਲਾਉਂਦਾ ਏ। ਉਹਨਾਂ ਦੀਆਂ ਮਾਵਾਂ ਨੇ ਵੀ ਥਾਪੀ ਦੇ ਕੇ ਤੋਰਤੇ ਸਿਰੇ ਦੇ ਖਿਡਾਰੀ, ਹੋ ਸਿਰੇ ਦੇ ਖਿਡਾਰੀ ਪਤਾ ਲੱਗੂ ਸਿੰਘ ਭੋਰ ਤੇ, ਸਿਰੇ ਦੇ ਖਿਡਾਰੀ ਪਤਾ ਲੱਗੂ ਸਿੰਘ ਭੋਰ ਤੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਨਿਮਾਣੀ ਜੀ ਕਲਾਕਾਰ ਪ੍ਰੀਤਿਮਾ, ਧੰਨ ਧੰਨ ਬਾਬਾ ਕਾਲਾ ਮਹਾਰਾਜ ਜੀ ਦੀ। ਜ਼ਿਲ੍ਹਾ ਸੰਗਰੂਰ ਪਿੰਡ ਧੂਰਾ ਦੇ ਵਿੱਚ ਇੱਕ ਬਹੁਤ ਹੀ ਵੱਡੇ ਪੱਧਰ 'ਤੇ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਬੜੇ ਬੜੇ ਫਨਕਾਰ, ਕਲਾਕਾਰ, ਅਦਾਕਾਰ ਪਹੁੰਚਣਗੇ। ਸਾਨੂੰ ਵੀ ਉੱਥੇ ਇੱਕ ਹਾਜ਼ਰੀ ਲਗਵਾਉਣ ਦਾ ਮੌਕਾ ਮਿਲਿਆ ਹੈ 18 ਨਵੰਬਰ ਪਿੰਡ ਧੂਰਾ ਦੇ ਵਿੱਚ। ਯਾਦ ਰੱਖਣਾ 18 ਨਵੰਬਰ ਦਿਨ ਪਿੰਡ ਧੂਰਾ ਦੇ ਵਿੱਚ, ਦਿਨ ਮੈਨੂੰ ਪਤਾ ਨਹੀਂ ਹੈਗਾ, ਦਿਨ ਪਤਾ ਨਹੀਂ ਕਿਹੜਾ ਆਊਗਾ, ਅਤੇ ਜਿਨ੍ਹਾਂ ਦੀ ਬਦੌਲਤ ਅਸੀਂ ਉੱਥੇ ਹਾਜ਼ਰੀ ਲਗਵਾਉਣ ਜਾ ਰਹੇ ਹਾਂ। ਮੈਂ ਉਹਨਾਂ ਦਾ ਨਾਮ ਲੈਣਾ ਚਾਹੂੰਗੀ। ਕਹਿੰਦੀ ਅੰਬੀਆਂ ਦੇ ਬੂਰ ਵਰਗਾ, ਪਿਆਰ ਦੇ ਸਰੂਰ ਵਰਗਾ, ਨਦੀਆਂ ਦੇ ਨੀਰ ਵਰਗਾ, ਵਾਰਿਸ਼ਾਂ ਦੀ ਹੀਰ ਵਰਗਾ, ਸ਼ਿਵ ਦੇ ਗੀਤ ਵਰਗਾ ਤੇ ਮਾਂ ਦੀ ਦਿੱਤੀ ਸੀਸ ਵਰਗਾ, ਸੱਸੇ ਤੇ ਪੈਂਦਾ ਏ, ਬੁੱਲੀਆਂ ਤੇ ਰਹਿੰਦਾ ਏ। ਸੰਸਾਰ ਸੰਧੂ ਜੀ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਤੇ ਰੱਬ ਵਰਗੇ ਇਨਸਾਨ ਨੇ, ਬਹੁਤ ਹੀ ਵਧੀਆ ਇਨਸਾਨ ਨੇ, ਮੈਂ ਉਹਨਾਂ ਦੀ ਦਿਲੋਂ ਰਿਸਪੈਕਟ ਕਰਦੀ ਹਾਂ, ਰੱਬ ਦੀ ਕਸਮ, ਬਹੁਤ ਹੀ ਵਧੀਆ ਇਨਸਾਨ ਨੇ, ਰੱਬ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।